ਸੇ ਦਮ ਉਸ ਵਾਲੇ ਦੇ ਨਵੇਂ ਗੀਤ ਨੂੰ ਲੈ ਕੇ ਦਿਲਪੀਟ ਢਿੱਲੋਂ ਦਾ ਆਇਆ ਵੱਡਾ ਬਿਆਨ ਦਿਲਪੀਟ ਢਿੱਲੋਂ ਨੇ ਆਖ ਦਿੱਤੀਆਂ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਸੁਣ ਕੇ ਸਾਰੇ ਹੀ ਰਹਿ ਗਏ ਹੱਕੇ ਬੱਕੇ ਜੀ ਹਾਂ ਤੁਹਾਨੂੰ ਦੱਸਦੇ ਕਿ ਸਿੱਧੂ ਮਸੇਵਾਲੇ ਦੇ ਨਵੇਂ ਗੀਤ ਨੂੰ ਲੈ ਕੇ ਦਿਲਪ੍ਰੀਤ ਢਿੱਲੋਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਜਿਸ ਦਾ ਵਿੱਚ ਦਿਲਪ੍ਰੀਤ ਢਿੱਲੋਂ ਸਿੱਧੂ ਦੇ ਨਵੇਂ ਗੀਤ ਦੇ ਉੱਤੇ ਟਿੱਪਣੀ ਕਰਦੇ ਹੋਏ ਦਿਖਾਈ ਦਿੰਦੇ ਨੇ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਗਿਆ ਤਾਂ ਉਹ ਗੱਲ ਕਰਾਂਗੇ ਕਿ ਆਖਿਰ ਦਿਲਪ੍ਰੀਤ ਢਿੱਲੋਂ ਨੇ ਸਿੱਧੂ ਦੇ ਨਵੇਂ ਗੀਤ ਤੇ ਅਜਿਹਾ ਕਿਹੜਾ ਬਿਆਨ ਦੇ ਦਿੱਤਾ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹੋ ਗਏ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਮਾਧਿਅਮ ਦਰਾਹੀਂ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਮੇਰਾ ਨਾਂ ਹਾਲ ਹੀ ਦੇ ਵਿੱਚ ਰਿਲੀਜ਼ ਹੋਇਆ ਜਿਸ ਨੂੰ ਹਰ ਕੋਈ ਬੇਹਦ ਹੀ ਪਸੰਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇੱਥੇ ਹੀ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਜਦੋਂ ਹੀ ਰਿਲੀਜ਼ ਹੁੰਦਾ ਹੈ 16 ਮਿੰਟਾਂ ਦੇ ਵਿੱਚ ਹੀ ਉਸ ਨੂੰ ਮਿਲੀਅਨਜ਼ ਵਿਊਜ਼ ਮਿਲ ਜਾਂਦੇ ਨੇ ਜਿਸ ਨੂੰ ਦੇਖ ਕੇ ਸਾਰੇ ਹੀ ਹੈਰਾਨ ਹੋ ਗਏ ਸੀ ਪਰ ਸਿੱਧੂ ਮੂਸੇਵਾਲੇ ਦਾ ਗੀਤ ਸੀ ਮਿਲੀਅਨਜ਼ ਤੱਕ ਖੁਦ ਬਖੁਦ ਹੀ ਕ੍ਰਾਸ ਕਰਨਾ ਸੀ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਬੇहद ਲੋਕ ਪਿਆਰ ਕਰਦੇ ਨੇ ਸੋ ਅਕਸਰ ਹੀ ਸਿੱਧੂ ਦੇ ਗਾਣਿਆਂ ਦੀ ਉਡੀਕ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਜੋ ਉਹ ਸਿੱਧੂ ਦੇ ਗੀਤ ਨੂੰ ਪਿਆਰ ਦੇ ਸਕਣ ਸਿੱਧੂ ਬੇਸ਼ੱਕ ਦੁਨੀਆ ਤੋਂ ਚਲਾ ਗਿਆ ਹੈ ਪਰ ਦੁਨੀਆ ਦੇ ਹਰ ਇੱਕ ਵਿਅਕਤੀ ਦੇ ਵਿੱਚ ਸਿੱਧੂ ਦੇ ਲਈ ਅਲੱਗ ਹੀ ਜਗ੍ਹਾ ਬਣੀ ਹੋਈ ਹੈ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਹਰ ਇੱਕ ਦੇ ਦਿਲ ਦੇ ਵਿੱਚ ਸਿੱਧੂ ਆਪਣਾ ਘਰ ਕਰ ਗਿਆ ਇੱਥੇ ਹੀ ਜੇਕਰ ਸਿੱਧੂ ਦੀ ਹਵੇਲੀ ਦੀ ਗੱਲ ਕੀਤੀ ਜਾਵੇ ਹਮ ਹਮਾ ਕੇ ਲੋਕ ਪਹੁੰਚਦੇ ਨੇ ਲੱਖਾਂ ਦਾ ਇਕੱਠ ਪਹੁੰਚਦਾ ਹੈ ਸਿੱਧੂ ਦੀ ਹਵੇਲੀ ਮਾਪਿਆਂ ਦੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਨੇ ਤੇ ਬਥੇਰੇ ਗਾਇਕ ਨੇ ਜਿਹੜੇ ਸਿੱਧੂ ਨੂੰ ਹਜੇ ਵੀ ਯਾਦ ਕਰਦੇ ਨੇ ਕਿਉਂਕਿ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕੋਈ ਗਾਇਕ ਦਾ ਅਖਾੜਾ ਲੱਗਦਾ ਹੈ ਜਾਂ ਫਿਰ ਕਿਤੇ ਵੀ ਸ਼ੋਅ ਹੁੰਦਾ ਹੈ ਤਾਂ ਗਾਇਕਾ ਦੁਆਰਾ ਅਕਸਰ ਹੀ ਸਿੱਧੂ ਦਾ ਗੀਤ ਗਾਇਆ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸਿੱਧੂ ਦੇ ਗੀਤ ਤੋਂ ਬਿਨਾ ਉਹਨਾਂ ਦਾ ਕੋਈ ਸ਼ੋਅ ਜਿਹੜਾ ਹੈ ਉਹ ਪੂਰਾ ਹੀ ਨਹੀਂ ਹੋਣਾ ਇਹੋ ਜਿਹਾ ਹੀ ਫਿਰ ਤੋਂ ਦਿਖਾਈ ਦਿੱਤਾ ਜਿੱਥੇ ਦਿਲਪੀਟ ਢਿੱਲੋਂ ਜੀहां ਗਾਇਕ ਦਿਲਪੀਟ ਢਿੱਲੋਂ ਤੋਂ ਜਦੋਂ ਪੁੱਛਿਆ ਗਿਆ ਕਿ ਸਿੱਧੂ ਦੇ ਨਵੇਂ ਗੀਤ ਬਾਰੇ ਤੁਹਾਡੇ ਕੀ ਵਿਚਾਰ ਨੇ ਤਾਂ ਦਿਲਪੀਟ ਢਿੱਲੋਂ ਨੇ ਹੈਰਾਨ ਕਰ ਦੇਣ ਵਾਲਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਸਿੱਧੂ ਦਾ ਗੀਤ ਸੀ ਉਹ ਤਾਂ ਉਸ ਨੂੰ ਤਾਂ ਪਿਆਰ ਮਿਲਣਾ ਹੀ ਸੀ ਕਿਉਂਕਿ ਸਿੱਧੂ ਬੇਸ਼ੱਕ ਇਸ ਦੁਨੀਆ ਤੋਂ ਚਲਾ ਗਿਆ ਪਰ ਹਰ ਇੱਕ ਦੇ ਦਿਲ ਦੇ ਵਿੱਚ ਸਿੱਧੂ ਮਸੇਆਣਾ ਜੋੰਦਾ ਇਸ ਨੂੰ ਸੁਣ ਕੇ ਸਾਰੇ ਹੀ ਹੈਰਾਨ ਹੋਗੇ ਕਿਉਂਕਿ ਦਿਲਪ੍ਰੀਤ ਢਿੱਲੋਂ ਵੀ ਇੱਕ ਜਿਹੜਾ ਗਾਇਕ ਹੈ ਸੋ ਗਾਇਕ ਨੂੰ ਗਾਇਕ ਤੋਂ ਅਕਸਰ ਹੀ ਅਸੀਂ ਦੇਖਦੇ ਆ ਕਿ ਇਰਖਾ ਹੁੰਦੀ ਹੈ ਕਿਸੇ ਨਾ ਕਿਸੇ ਤਰੀਕੇ ਦੀ ਵੀ ਉਹਦਾ ਗਾਣਾ ਜਿਹੜਾ ਹਿੱਟ ਕਰ ਰਿਹਾ ਹੈ ਪਰ ਦਿਲਪ੍ਰੀਤ ਢਿੱਲੋਂ ਦੇ ਦਿਲ ਦੇ ਵਿੱਚ ਵੀ ਸਿੱਧੂ ਦੇ ਲਈ ਬਹੁਤ ਵੱਡੀ ਜਿਹੜੀ ਅਸੀਂ ਕਹਿ ਸਕਦੇ ਬਹੁਤ ਪਿਆਰ ਹੈ ਬਹੁਤ ਜਗ੍ਹਾ ਹੈ ਬਹੁਤ ਇੱਜ਼ਤ ਮਾਨ ਸਨਮਾਨ ਹੈ ਸੋ ਸਿੱਧੂ ਹਰ ਇੱਕ ਦੇ ਦਿਲ ਦੇ ਵਿੱਚ ਜਿਹੜਾ ਘਰ ਕਰ ਗਿਆ ਸੀਗਾ ਬੇहद ਹੀ ਲੋਕ ਪਿਆਰ ਕਰਦ ਨੇ ਸਿੱਧੂ ਦੇ ਗੀਤਾਂ ਨੂੰ ਤੇ ਸਿੱਧੂ ਦੇ ਮਾਤਾ ਪਿਤਾ ਦਾ ਵੀ ਕਹਿਣਾ ਸੀ ਕਿ ਆਉਣ ਵਾਲੇ 10 ਸਾਲਾਂ ਦੇ ਵਿੱਚ ਸਿੱਧੂ ਦੇ ਗੀਤ ਇਸੇ ਤਰੀਕੇ ਦੇ ਨਾਲ ਆਉਂਦੇ ਰਹਿਣਗੇ ਸੋ ਸਿੱਧੂ ਨੂੰ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਜਾਓ ਤੇ ਕਮੈਂਟਾਂ ਦੇ ਵਿੱਚ ਹੈਸ਼ਟੈਗ ਜਸਟਿਸ ਫਾਰ ਸਿੱਧੂ ਮੁਸੇਵਾਲਾ ਲਿਖਣਾ ਨਾ ਭੁੱਲਣਾ ਤੁਹਾਨੂੰ ਕਿੰਨਾ ਚੰਗਾ ਲੱਗਿਆ ਸਿੱਧੂ ਦਾ ਨਵਾਂ ਗੀਤ ਮੇਰਾ ਨਾਂ ਇਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰਨਾ